ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਦਿਆਲਦਾਸ ਜੀ ਦੀ ਸ਼ਹੀਦੀ ਭਾਈ ਦਿਆਲਦਾਸ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿੱਚ ਸ਼ਹੀਦ ਹੋਣ ਵਾਲੇ ਪ੍ਰਮੁੱਖ ਸਿੱਖਾਂ ਵਿੱਚੋਂ ਇੱਕ ਸਨ ਦੂਸਰੇ ਦੋ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਦਾਸ ਜਾਂ ਭਾਈ ਦਿਆਲਾ ਦਾ ਜ਼ਿਕਰ ਸਿੱਖ ਝਾਦ ਵਿੱਚ ਅਜੇ ਹੀ ਅਨੰਨ ਸਿੱਖ ਬੱਚੋਂ ਸਾਹਬਿਆ ਹੋਇਆ ਹੈ ਜਿਸ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਦਿਆਲਦਾਸ ਜੀ ਮਾਈ ਦਾਸ ਦੇ 12 ਪੁੱਤਰਾਂ ਵਿੱਚੋਂ ਦੂਜੇ ਨੰਬਰ ਤੇ ਸਨ ਉਹਨਾਂ ਤੋਂ ਵੱਡਾ ਜੇਠਾ ਸੀ ਤੇ ਛੋਟਾ ਮਨੀ ਰਾਮ ਜੋ ਸ਼ਹੀਦ ਮਨੀ ਸਿੰਘ ਕਰਕੇ ਪ੍ਰਸਿੱਧ ਹਨ ਭਾਈ ਦਿਆਲਦਾਸ ਨੂੰ ਉਹਨਾਂ ਦੇ ਪਿਤਾ ਮਾਈ ਦਾਸ ਨੇ 7ਵੇਂ ਗੁਰੂ ਸ੍ਰੀ ਗੁਰੂ ਹਰ राय ਜੀ ਦੇ ਚਰਨਾ ਵਿੱਚ 1657 ਈਸਵੀ ਨੂੰ ਭੇਟ ਕੀਤਾ ਉਹ ਪਹਿਲਾ ਗੁਰੂ ਹਰ राय ਤੇ ਫਿਰ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਦੇ ਗੁਰਿਆਈ ਕਾਲ ਵਿੱਚ ਭਾਈ ਦਿਆਲਦਾਸ ਨੂੰ ਘਰ ਭਾਰੀ ਦੀਵਾਨ ਥਾਪਿਆ ਗਿਆ ਗੁਰੂ ਜੀ ਦੇ ਉਹ অতি ਵਿਸ਼ਵਾਸਪਾਤਰ ਸਨ ਜਦੋਂ ਗੁਰੂ ਤੇਗ ਬਹਾਦਰ 1665 ਈਸਵੀ ਤੋਂ ਪਿਛੋਂ ਪੂਰਬ ਦੀ ਯਾਤਰਾ 'ਤੇ ਗਏ ਸਨ ਤਾਂ ਉਹ ਪਰਿਵਾਰ ਨੂੰ ਪਟਨੇ ਛੱਡ ਕੇ ਅੱਗੇ ਜੈਪੁਰ ਦੇ ਰਾਜਾ ਰਾਮ ਸਿੰਘ ਦੀ ਸਹਾਇਤਾ ਲਈ ਪਹੁੰਚੇ ਸਨ ਤਾਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਭਾਈ ਦਿਆਲਦਾਸ ਦੀ ਹੀ ਸੀ ਹੁਕਮਨਾਮਿਆਂ ਵਿੱਚੋਂ ਇਹ ਸਪਸ਼ਟ ਹੁੰਦਾ ਹੈ ਕਿ ਭਾਈ ਦਿਆਲਦਾਸ ਜੀ ਗੁਰੂ ਜੀ ਦੇ ਮਹਤਵਰ ਸੇਖ ਸੰਨ ਲਿਖਿਆ ਹੈ ਭਾਈ ਦਿਆਲ ਦਾਸ ਗੁਰੂ ਦਾ ਪੁੱਤ ਹੈ ਤੇ ਫਿਰ ਪਟਨੇ ਦੀ ਸੰਗਤ ਨੂੰ ਲਿਖਿਆ ਭਾਈ ਦਿਆਲ ਦਾਸ ਕਹ ਸੰਗਤ ਗੁਰੂ ਕਾ ਹੁਕਮ ਕਰ ਮੰਨਣਾ ਸਾਧ ਸੰਗਤ ਜੀ ਇਸੇ ਤਰ੍ਹਾਂ ਅਨੇਕਾਂ ਹੁਕਮਨਾਮਿਆਂ ਵਿੱਚ ਭਾਈ ਦਿਆਲ ਦਾਸ ਦਾ ਹੀ ਮੁਖੀ ਦੇ ਰੂਪ ਵਿੱਚ ਜ਼ਿਕਰ ਮਿਲਦਾ ਹੈ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ ਇਕ ਓਅੰਕਾਰ ਗੁਰੂ ਸਤ ਭਾਈ ਦਿਆਲ ਦਾਸ ਭਾਈ ਰਾਮ ਰਾਏ ਭਾਈ ਦਰਬਾਰੀ ਭਾਈ ਡੇਡ ਮਲ ਸਰਬੱਤ ਸੰਗਤ ਗੁਰੂ ਰੱਖੇਗਾ ਕੂਚ ਕੀਏ ਹਮ ਕੋ ਚਾਰ ਦਿਨ ਹੋਏ ਹੈ ਰਾਜੇ ਜੀ ਕੇ ਕੂਚ ਕੀਏ ਸਤ ਰੋਜ ਹੋਏ ਹੈ ਤੁਹਾਰੇ ਵਾਸਤੇ ਹਮੋਂ ਨੂੰ ਮੁਕਾਮ ਕੀਏ ਹੈ ਰਾਤ ਰਾਤ ਕਰਕੇ ਬਹੁਤ ਸਤਾਬੀ ਸਾਥ ਹਮਾਰੀ ਪਾਸ ਆਏ ਪਹੁੰਚਣਾ ਦੌੜਨ ਵਾਲਾ ਕੋਸਾ ਛੋਟੀ ਤੇਜ ਕਿਸ਼ਤੀ ਕਰਕੇ ਆਠ ਪਹਿਰ ਮੋ ਆਏ ਪਹੁੰਚਣਾ ਢੀਲ ਪਾਓ ਘੜੀ ਕੀ ਨਾਹੀ ਕਰਨੀ ਹਮ ਤੁਹਾਰਾ ਬੈਠੇ ਰਾਹੋ ਦੇਖਦੇ ਹਾਂ ਬਹੁਤ ਸਤਾਬ ਆਵਣਾ ਗੁਰੂ ਸੰਗਤ ਕੀ ਬੋਹੜੀ ਕਰੇਗਾ ਬਨਾਰਸ ਕੀ ਸੰਗਤ ਨੂੰ ਲਿਖੇ ਹੁਕਮਨਾਮੇ ਵਿੱਚ ਭਾਈ ਦਿਆਲ ਦਾਸ ਦਾ ਨਾਮ ਵਾਰ-ਵਾਰ ਆਇਆ ਹੈ ਸਰਬੱਤ ਸੰਗਤ ਬਨਾਰਸ ਦੀ ਗੁਰੂ ਗੁਰੂ ਜਪਣਾ ਜਨਮ ਸੌਰੇ ਸੰਗਤ ਕੇ ਮਨੋਰਥ ਗੁਰੂ ਪੂਰੇ ਕਰੇਗਾ ਕਾਰ ਸੰਗਤ ਦੀ 166 ਰੁਪਏ ਸੰਗਤ ਨੇ ਭਾਈ ਦਿਆਲ ਦਾਸ ਪਾਸ ਭੇਜੇ ਸੋ ਹਜੂਰ ਆਏ ਸੰਗਤ ਕੀ ਬੋੜੀ ਹੋਈ ਆਗੇ ਕਾਰ ਭੇਟ ਮੰਨਤ ਸਭ ਭਾਈ ਦਿਆਲ ਦਾਸ ਕੋ ਸੰਗਤ ਨੇ ਲੋਚ ਦੇ ਲੋਚ ਕੇ ਦੇਣਾ ਸੰਗਤ ਦਾ ਜ਼ਿਕਰ ਸੰਗਤ ਦਾ ਰਿਜਕ ਵਧੇਗਾ ਮਨੋਰਥ ਪੂਰੇ ਗੁਰੂ ਕਰੇਗਾ ਫਿਰ ਇੱਕ ਹੋਰ ਹੁਕਮਨਾਮੇ ਵਿੱਚ ਵੀ ਲਿਖਿਆ ਹੈ ਭਾਈ ਦਿਆਲ ਦਾਸ ਕਹੇ ਸੰਗਤ ਗੁਰੂ ਕਾ ਹੁਕਮ ਕਰ ਮੰਨਣਾ ਸੰਗਤ ਕੇ ਮਨੋਰਥ ਗੁਰੂ ਪੂਰੇ ਕਰੇਗਾ ਸਾਧ ਸੰਗਤ ਜੀ ਇਹ ਸਪਸ਼ਟ ਹੁੰਦਾ ਹੈ ਕਿ ਭਾਈ ਦਿਆਲ ਦਾਸ ਨੂੰ ਉਸ ਖੇਤਰ ਦਾ ਗੁਰੂ ਜੀ ਵੱਲੋਂ ਮਸੰਦ ਵੀ ਥਾਪਿਆ ਗਿਆ ਇਹ ਹੁਕਮਨਾਮਾ ਤਾਂ ਸ਼ੁਰੂ ਹੀ ਇੰਜ ਹੁੰਦਾ ਹੈ ਇੱਕ ਊੰਕਾਰ ਗੁਰੂ ਸਤ ਭਾਈ ਦਿਆਲ ਦਾਸ ਸਤੀ ਦਾਸ ਗੁਰੂ ਦਾ ਪੁੱਤ ਹੈ ਔਰੰਗਜੀਬ ਨਾਲ ਗੁਰੂ ਤੇਗ ਬਹਾਦਰ ਦੀਆਂ ਹੋਈਆਂ ਪਹਿਲੀਆਂ ਦੋ ਮੁਲਾਕਾਤਾਂ ਵਿੱਚ ਭਾਈ ਦਿਆਲਦਾਸ ਵੀ ਨਾਲ ਹੀ ਸਨ ਦਿੱਲੀ ਵਿੱਚ ਜਦੋਂ ਮਾਈ ਜਦੋਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਦਿਆਲਦਾਸ ਜੀ ਨੂੰ ਉੱਬਲ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਆਪ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਆਕਿਆ ਪਰ ਆਪ ਜੀ ਨੇ ਧਰਮ ਤੋਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸਿੱਖ ਇਤਿਹਾਸ ਦੇ ਸਿਰਮੌਰ ਸ਼ਹੀਦਾਂ ਵਿੱਚ ਭਾਈ ਦਿਆਲ ਦਾਸ ਦਾ ਨਾਮ ਸਦਾ ਅਮਰ ਰਹੇਗਾ ਭਾਈ ਦਿਆਲ ਦਾਸ ਜੀ 1657 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਗੁਰੂ ਘਰ ਨਾਲ ਤਨ ਮਨ ਤਨ ਦੀ ਸੇਵਾ ਕਰਕੇ ਜੁੜੇ ਰਹੇ ਸ੍ਰੀ ਗੁਰੂ ਹਰ Rai ਸ੍ਰੀ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਦਿੱਲੀ ਦੇ ਸਮਰਾਟ ਔਰੰਗਜ਼ੇਬ ਦੀ ਜੋਕਰੋਪੀ ਗੈਰ ਮੁਸਲਮਾਨਾਂ ਉੱਪਰ ਹੋਈ ਉਸ ਤੋਂ ਸਿੱਖ ਗੁਰੂ ਸਹਿਬਾਨ ਤੇ ਉਹਨਾਂ ਦੇ ਸਿੱਖ ਵੀ ਨਹੀਂ ਬਚੇ ਜਦੋਂ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਪੂਰਬ ਦੀ ਯਾਤਰਾ ਲਈ ਚੱਲ ਪਏ ਤਾਂ ਗੁਰੂ ਸਾਹਿਬ ਨੂੰ 8 ਨਵੰਬਰ 1665 ਈਸਵੀ ਨੂੰ ਆਲਮ ਖਾਨ ਰੋਹਿਲੇ ਵੱਲੋਂ ਤਮਤਾਨ ਸਹਿ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਪਰੰਤੂ ਅੰਬੇਰਪਤੀ ਰਾਜਾ ਰਾਮ ਸਿੰਘ ਨੇ ਆਪਣੀ ਜ਼ਿੰਮੇਵਾਰੀ ਤੇ ਜ਼ਮਾਨੀ ਦੇ ਕੇ ਉਹਨਾਂ ਨੂੰ ਰੰਗਜੀਤ ਦੇ ਜਬਰ ਤੋਂ ਦੂਰ ਰੱਖਿਆ ਪੂਰਬ ਦੀ ਯਾਤਰਾ ਸਮੇਂ ਉਹੋ ਹੀ ਗੁਰੂ ਜੀ ਦੇ ਪਰਿਵਾਰ ਦੀ ਦੇਖਭਾਲ ਦਾ ਹਰ ਤਰ੍ਹਾਂ ਨਾਲ ਜ਼ਿੰਮੇਵਾਰ ਸੀ ਬਨਾਰਸ ਤੇ ਪੱਟਨੇ ਦੀ ਸੰਗਤ ਤੋਂ ਕਾਰ ਭੇਂਟ ਲੈਣੀ ਤੇ ਗੁਰੂ ਤੇਗ ਬਹਾਦਰ ਜੀ ਵੱਲੋਂ ਆਏ ਹੁਕਮਾਂ ਦੀ ਪਾਲਣਾ ਕਰਨੀ ਉਸ ਦੀ ਹੀ ਜ਼ਿੰਮੇਵਾਰੀ ਸੀ ਜਦੋਂ ਗੁਰੂ ਜੀ 1673 ਈਸਵੀ ਵਿੱਚ ਪੰਜਾਬ ਮੁੜਾਏ ਤਦੋਂ ਦਿਆਲਦਾਸ ਨਾਲ ਹੀ ਆਏ ਸਨ ਜਦੋਂ ਗੁਰੂ ਜੀ ਨੂੰ ਆਖਰੀ ਵਾਰ ਮਲਕਪੁਰ ਰੰਗਣਾ ਵੱਲੋਂ 8 ਜੁਲਾਈ 1675 ਈਸਵੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਭਾਈ ਦਿਆਲਦਾਸ ਜੀ ਨਾਲ ਹੀ ਸਨ ਦਿੱਲੀ ਵਿਖੇ ਸ਼ਾਹੀ ਹੁਕਮਾਂ ਨਾਲ ਉਬਲਦੇ ਦੇਗੇ ਵਿੱਚ 11 ਨਵੰਬਰ 1675 ਈਸਵੀ ਨੂੰ ਪਾਕੀ ਦਿਆਲ ਦਾਸ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਤੇ ਗੁਰੂ ਤੇਗ ਬਹਾਦਰ ਜੀ ਇਸ ਸਮੇਂ ਔਰੰਗਜ਼ੇਬ ਦੇ ਜ਼ੁਲਮ ਦਾ ਸ਼ਿਕਾਰ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਲਈ ਜੋ ਗੁਰੂ ਜੀ ਦੇ ਸਾਥੀਆਂ ਨੂੰ ਤਸੀਹੇ ਦਿੱਤੇ ਗਏ ਉਹਦਾ ਵੇਰਵਾ ਗੁਰੂ ਕੀਆ ਸਾਖੀਆਂ ਵਿੱਚ ਇਉਂ ਹੈ ਸ਼ਾਹੀ ਕਾਜੀ ਨੇ में इन तीन सिखों को फतवा दिया कहा तीनों एस के साथी एस के सामे मार दिए जाए अवल दयाल दास को एक रीझते देगे में बंद करके मारा भुला ना चितारनिया वाहिगुरु जी का खालसा वाहेगुरु जी की फतेह